ਰਹਿਣਾ ਹਮ ਸੰਤਨ ਕੀ ਰੇਣ ਪਿਆਰੇ ਹਮ ਸੰਤਨ ਕੀ ਸ਼ਰਣਾ ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਗਹਿਣਾ ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਗਹਿਣਾ ਹਮ ਸੰਤਨ ਕੀ ਰੇਣ ਪਿਆਰੇ ਹਮ ਸੰਤਨ ਕੀ ਸ਼ਰਣਾ ਹਮ ਸੰਤਨ ਕੀ ਰੇਣ ਪਿਆਰੇ ਹਮ ਸੰਤਨ ਕੀ ਸ਼ਰਣਾ ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਗਹਿਣਾ ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਗਹਿਣਾ ਜਿਹੜਾ ਕਿ ਅੱਜ ਉਹਨਾਂ ਨੇ 3 ਮਈ ਨੂੰ ਇੱਥੇ ਚਾਲੂ ਪਰਸੀ ਸੀ। ਅੱਜ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣੇ ਟਾਈਮ ਤੋਂ ਟਾਈਮ ਕੱਢ ਕੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਮੈਂ ਸਾਰੀ ਆਈ ਸੰਗਤ ਦਾ ਬਹੁਤ ਬਹੁਤ ਧੰਨਵਾਦ। ਇਹ ਜੋ 3 ਮਈ ਦਾ ਜੋ ਪ੍ਰੋਗਰਾਮ ਮੇਲਾ ਹੈ ਇਹ ਹਰ ਸਾਲ 3 ਮਈ ਨੂੰ ਮਨਾਇਆ ਜਾਂਦਾ ਔਰ 14 ਤਰੀਕ ਨੂੰ ਉਹਨਾਂ ਦੀ ਬਰਸੀ ਮਨਾਈ ਜਾਂਦੀ ਹੈ। ਅਤੇ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਕਿ ਜੋ ਵੀ ਪ੍ਰੋਗਰਾਮ ਦੇ ਵਿੱਚ ਟਾਈਮ ਟੂ ਟਾਈਮ ਕੱਢ ਕੇ ਪਹੁੰਚਣ ਦੀ ਕਿਰਪਾ ਕਰਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜੋੜ ਮੇਲਾ ਜੋ ਕਿ ਸੰਤ ਹਜ਼ਾਰਾ ਸਿੰਘ ਦੀ ਕੁੜੀ ਹੈ ਸੱਚਾ ਦਰਬਾਰ ਗੁਰੂ ਘਰ 1993 ਵਿੱਚ ਸੂਫੀ ਸੰਤ ਬਾਬਾ ਪੂਰਨ ਸਿੰਘ ਜੀ ਨੇ ਇੱਥੇ ਚਰਨ ਪਾਏ ਅਤੇ ਇਸ ਡੇਰੇ ਨੂੰ ਭਾਗ ਲਾਏ। ਆਲੇ ਦੁਆਲੇ ਕਾਫੀ ਜੰਗਲ ਬੀਆਬਾਨ ਸੀ ਪਰ ਅੱਜ ਵੇਖੋ 31 ਸਾਲ ਹੋ ਗਏ। ਬਾਬਾ ਜੀ ਨੂੰ ਵੀ 2 ਸਾਲ ਹੋ ਗਏ ਸਰੀਰਕ ਵਿਛੋੜਾ ਦੇ ਕੇ ਸੰਗਤਾਂ ਨੂੰ ਗਿਆ ਨੂੰ ਪਰ ਹਾਜ਼ਰ ਨਾਜ਼ਰ ਰਹਿੰਦੇ ਨੇ। ਸੰਗਤਾਂ ਦੇ ਦੁੱਖ ਉਦਾਂ ਹੀ ਦੂਰ ਹੁੰਦੇ ਨੇ ਜਿੱਦਾਂ ਪਹਿਲਾਂ ਹੁੰਦੇ ਸੀਗੇ। ਜਿਹੜਾ ਸ਼ਰਧਾ ਭਾਵਨਾ ਨਾਲ ਆਏ ਅੱਜ ਸਵੇਰੇ ਵੀ ਬਚਨ ਹੋਏ ਆ ਕਿ ਅਰਦਾਸ ਭਾਈ ਆਪ ਕਰਿਆ ਕਰੋ ਜਿੰਨੇ ਵੀ ਕਰਨੀ ਹੈ। ਜਿਹੜੀ ਹਿਰਦੇ ਚੋਂ ਅਰਦਾਸ ਨਿਕਲਣੀ ਉਹ ਪੂਰੀ ਹੁੰਦੀ ਹੈ। ਕਿਸੇ ਨੂੰ ਕਹਿ ਕੇ ਅਰਦਾਸ ਕਰਾਉਣੀ ਉਹ ਕੋਈ ਵੱਡੀ ਗੱਲ ਨਹੀਂ ਹੁੰਦੀ। ਅਰਦਾਸ ਅੰਦਰੋਂ ਕਰਿਆ ਕਰੋ ਅਰਦਾਸਾਂ ਸਤਿਗੁਰੂ ਸਾਹਿਬ ਦੀਆਂ ਪੂਰੀਆਂ ਕਰਦਾ। ਇਹ ਨਹੀਂ ਕਿ ਇੱਥੇ ਹੀ ਜਿੱਥੇ ਮਰਜ਼ੀ ਗੁਰੂ ਘਰ ਜਾ ਕੇ ਗੁਰੂ ਦੇ ਅੱਗੇ ਪੱਲਾ ਅੱਡ ਕੇ ਜੋ ਮਰਜ਼ੀ ਮੰਗੋ ਸਤਿਗੁਰੂ ਨੇ ਦੇਣਾ ਬੱਚਿਆਂ ਨੂੰ ਬੱਚਿਆਂ ਲਈ ਹੈ ਸਾਰਾ ਕੁਝ। ਅੱਜ ਦਾ ਜਿਹੜਾ ਜੋੜ ਮੇਲਾ 31 ਸਾਲ ਹੋ ਗਿਆ ਜੀ ਇਸ ਜੋੜ ਮੇਲੇ ਨੂੰ ਮਨਾਉਂਦਿਆਂ ਹੋਇਆ। ਸੰਗਤਾਂ ਨੇ ਬੜੀ ਹੀ ਸ਼ਰਧਾ ਅਤੇ ਭਾਵਨਾ ਨਾਲ ਮਨਾਈਆਂ। ਜਿਹੜਾ ਕਹਿੰਦੇ ਨੇ ਬਹੁਤ ਵੱਡੇ ਇਕੱਠ ਅਤੇ ਬਾਬਾ ਜੀ ਸਤਸੰਗ 'ਚ ਕਹਿੰਦੇ ਹੁੰਦੇ ਸੀ ਭੇਡਾਂ ਬੱਕਰੀਆਂ ਦੇ ਵੱਡੇ ਇਕੱਠ ਹੁੰਦੇ ਨੇ ਸ਼ੇਰਾਂ ਦੇ ਕੋਈ ਇਕੱਠ ਨਹੀਂ ਹੁੰਦੇ ਪਰ ਉਹ ਨਾਮਲੇਵਾ ਜਿਹੜੇ ਹੈਗੇ ਨੇ ਕੁਛ ਪ੍ਰਾਪਤ ਕਰਨਾ ਚਾਹੁੰਦੇ ਨੇ ਉਹਨਾਂ ਨੇ ਅੱਜ ਹਾਜ਼ਰੀਆਂ ਭਰੀਆਂ। ਸਾਰੀਆਂ ਸੰਗਤਾਂ ਦਾ ਬਹੁਤ ਸਹਿਯੋਗ ਮਿਲਿਆ। ਹੁਣ ਭਾਈ ਨਿਰਮਲ ਸਿੰਘ ਜੀ ਤੁਹਾਡੇ ਨਾਲ।